पंजाब विच कोरोना के मरीजों विच लगातार वाधा हुंदा जा रहा है। जिन्हां मरीजों नूं ऑक्सीजन की जरूरत नहीं है उन्हां नूं घरां विच ही क्वारंटाइन किया गया है। इस औखी घड़ी दे विच भवानीगढ़ पुलिस वालों एक वड्डा उपराला किया गया है जिस दे तहत कोरोना मरीजों नूं घर घर जाके फ्रूट जां फिर होर जरूरत का समान दिता जा रहा है। दस दईए कि SHO गुरदीप सिंह संधु पुलिस पार्टी के समेत भवानीगढ़ विखे कोरोना पॉजिटिव मरीजों नूं घर घर जाके फ्रूट वंड रहे ने अते उन्हां दा हाल चाल पुछ रहे ने। नाल ही कोरोना मरीजों नूं घरों बाहर ना निकलण की अपील भी कर रहे ने अते लोकां नूं कोरोना तो बचा लई जागरूक भी कर रहे ने। पंजाब पुलिस की अजिही मदद दे नाल लोकां विच खुशी पाई गई है। ਆ ਪੁਲਿਸ ਤੁਹਾਡੀ ਕਿੱਦਾਂ ਦੀ ਮਦਦ ਕਰ ਰਹੀ ਹੈ? ਵਧੀਆ ਕਰ ਰਹੀ ਹੈ ਜੀ। ਕੀ ਦੇ ਕੇ ਕਹਿੰਦਾ ਤੁਹਾਡੇ ਘਰ ਆ ਕੇ? ਫਰੂਟ ਜੀ। ਕਿਵੇਂ ਲੱਗਿਆ? ਵਧੀਆ ਲੱਗਿਆ ਜੀ। ਕੀ ਕਹਿਣਾ ਚਾਹੋਗੇ ਜਿਵੇਂ ਪੁਲਿਸ? ਵਧੀਆ ਜੀ, ਜਿਹੜਾ ਕਰ ਰਹੇ ਨੇ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਜੀ। ਤੁਸੀਂ ਫੋਨ ਕੀਤਾ ਸੀਗਾ? ਫੋਨ ਕਾਲ ਤੇ ਨਹੀਂ, ਉਹਨਾਂ ਦੀ ਫੋਨ ਕਾਲ ਆਈ ਸੀ ਜੀ ਆਪ। ਅੱਛਾ, ਅੱਜ ਜੋ ਪੁਲਿਸ ਨੇ ਤੁਹਾਡੇ ਘਰ ਆ ਕੇ ਮਤਲਬ ਫਲ ਫਰੂਟ ਦੇ ਕੇ ਗਏ ਨੇ, ਕਿਸ ਤਰ੍ਹਾਂ ਲੱਗਿਆ ਤੁਹਾਨੂੰ? ਬਹੁਤ ਵਧੀਆ ਲੱਗਿਆ ਜੀ। ਉਹਨਾਂ ਨੇ ਕਿਹਾ ਵੀ 100 ਨੰਬਰ ਤੇ ਸਾਨੂੰ ਦੱਸਿਓ ਜੇ ਕੋਈ ਹੋਰ ਇੱਕ ਚੀਜ਼ ਦੀ ਲੋੜ ਹੋਈ ਤਾਂ। ਤਾਂ ਬਹੁਤ ਵਧੀਆ ਲੱਗਿਆ ਜੀ ਸਾਡੇ। ਤੁਸੀਂ ਫੋਨ ਕੀਤਾ ਸੀ? ਹਾਂਜੀ, ਫੋਨ ਕਰੇ ਸੀ ਜੀ ਉਹਨਾਂ ਨੇ। ਤੁਹਾਡੇ ਘਰੇ ਕੌਣ ਕੌਣ ਪੋਜ਼ਿਟਿਵ ਨੇ? ਸਾਡੇ ਘਰੇ ਜੀ ਮੰਮੀ ਔਰ ਪਾਪਾ ਨੇ ਜੀ ਦੋਨੋਂ। ਕਿੰਨੇ ਦਿਨ ਹੋ ਗਏ? ਹਫਤਾ ਹੋ ਗਿਆ ਜੀ। ਅੱਛਾ, ਤੁਹਾਡੇ ਵੱਲੋਂ ਜਿਵੇਂ ਤੁਸੀਂ ਰਿਕੁਐਸਟ ਕਰਦੇ ਹੋ ਹਰ ਤੁਹਾਡੀ ਮਦਦ ਹੋ ਰਹੀ ਹੈ ਪੁਲਿਸ ਵੱਲੋਂ? ਹਾਂਜੀ ਹੋ ਰਹੀ ਹੈ ਜੀ, ਪੂਰੀ ਹੋ ਰਹੀ ਹੈ ਜੀ। ਅੱਜ ਕੀ ਦੇ ਕੇ ਗਏ ਨੇ ਘਰ? ਅੱਜ ਫਰੂਟ ਦੇ ਕੇ ਗਏ ਨੇ ਜੀ। ਕੀ ਕਹਿਣਾ ਚਾਹੋਗੇ, ਕਿਵੇਂ ਲੱਗਿਆ ਤੁਹਾਨੂੰ? ਬਹੁਤ ਵਧੀਆ ਲੱਗਿਆ ਜੀ, ਧੰਨਵਾਦ ਜੀ ਉਹਨਾਂ ਦਾ ਜੀ। ਜਿਵੇਂ ਜਿਸ ਤਰ੍ਹਾਂ ਦੀ ਪੁਲਿਸ ਦੀ ਅੱਜਕੱਲ ਛਵੀ ਬਣੀ ਹੋਈ ਹੈ ਉਹਦੇ ਉਲਟ ਭਵਾਨੀਗੜ੍ਹ ਪੁਲਿਸ ਤੁਹਾਨੂੰ ਘਰ ਆ ਕੇ ਫਲ ਦੇ ਕੇ ਗਈ ਹੈ, ਕਿਸ ਤਰ੍ਹਾਂ ਦਾ ਮਹਿਸੂਸ ਕਰਦੇ? ਬਹੁਤ ਵਧੀਆ ਹੋਇਆ ਜੀ। ਅੱਜਕੱਲ ਤਾਂ ਪਹਿਲਾਂ ਤਾਂ ਕੋਈ ਕਰਦਾ ਹੀ ਨਹੀਂ ਸੀਗਾ, ਤਾਂ ਹੁਣ ਕਰ ਰਹੇ ਨੇ ਤਾਂ ਬਹੁਤ ਵਧੀਆ ਲੱਗਿਆ। ਹੌਸਲਾ ਮਿਲਿਆ ਤੁਹਾਨੂੰ? ਹਾਂਜੀ, ਬਹੁਤ ਹੌਸਲਾ ਮਿਲਿਆ। ਉੱਥੇ ਹੀ SHO ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ ਮਰੀਜ਼ਾਂ ਦੀ ਇਸ ਤਰ੍ਹਾਂ ਸੇਵਾ ਕਰ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਹਨਾਂ ਵੱਲੋਂ ਮਰੀਜ਼ਾਂ ਨੂੰ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਬੇਝਿਜਕ ਪੁਲਿਸ ਨੂੰ ਫੋਨ ਕੀਤਾ ਜਾਵੇ। ਇਹਨਾਂ ਜਿਹੜੇ ਸਾਡੇ ਭਵਾਨੀਗੜ੍ਹ ਦੇ ਹੈਗੇ ਆ ਕਿ ਜਿਹੜੇ ਕੋਰੋਨਾ ਪੋਜ਼ਿਟਿਵ ਆਏ ਨੇ, ਇਹਨਾਂ ਕੋਰੋਨਾ ਪੋਜ਼ਿਟਿਵ ਵੱਲੋਂ ਨਾ ਸਾਨੂੰ ਫੋਨ ਕੀਤਾ ਗਿਆ ਸੀਗਾ ਸਰਕਾਰੀ ਨੰਬਰ 'ਤੇ। ਜਿੱਦਾਂ ਇਹ ਬਲਵਿੰਦਰ ਸਿੰਘ ਇਹ ਘਰ ਦੇ ਵਿੱਚ ਇਕੱਲਾ ਹੈਗਾ, ਇਹਦੇ ਫਾਦਰ ਦੀ ਡੈਥ ਹੋਈ ਹੈ, ਇਹਦੀ ਮੰਮੀ ਨੂੰ ਕਿਤੇ ਗਈ ਹੈ, ਇਹਦੇ ਘਰ ਰੋਟੀ ਪਾਣੀ ਪਕਾਉਣ ਵਾਲਾ ਕੋਈ ਨਹੀਂ ਹੈਗਾ। ਇਹਦਾ ਫੋਨ ਮੈਨੂੰ ਗਿਆ ਸੀ ਵੀ ਮੈਂ ਘਰ 'ਚ ਇਕੱਲਾ ਵਾਂ, ਮੈਨੂੰ ਰੋਟੀ ਲੈਣ ਬਾਹਰ ਜਾਣਾ ਪੈਣਾ ਹੈਗਾ। ਤਾਂ ਮੈਂ ਇਹਨੂੰ ਕਿਹਾ ਕਿ ਵੀ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ, ਸਾਡਾ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ SSP ਸਾਹਿਬ ਦੀ ਗਾਈਡਲਾਈਨ ਹੈਗੀ ਹੈ ਵੀ ਜਿਹੜਾ ਬੰਦਾ ਘਰ 'ਚ ਇਕੱਲਾ ਹੈਗਾ, ਲੋੜਵੰਦ ਹੈ, ਉਹਨੂੰ ਤੁਸੀਂ ਉਹਦੇ ਘਰ ਪੱਕਿਆ ਰਾਸ਼ਨ ਜਾਂ ਕੋਈ ਹੋਰ ਫਰੂਟ ਵਗੈਰਾ ਮੰਗਦਾ ਤਾਂ ਅਸੀਂ ਉਹ ਦੇਣ ਵਾਸਤੇ ਆਏ ਸੀ। ਜਿਹੜੇ ਬੰਦੇ ਲੋੜਵੰਦ ਨੇ, ਜਿਹੜੇ ਸਾਨੂੰ ਕਾਲ ਕਰਦੇ ਨੇ, ਜਿਹੜੇ ਤੁਹਾਨੂੰ ਕਾਲ ਕਰਕੇ ਕਹਿੰਦੇ ਨੇ ਵੀ ਸਾਡੇ ਘਰ 'ਚ ਇਕੱਲੇ ਹਾਂ ਅਸੀਂ, ਸਾਡੀ ਮਦਦ ਵਾਸਤੇ ਪਰਿਵਾਰ ਦੇ ਮੈਂਬਰ ਕੋਈ ਹੋਰ ਹੈ ਨਹੀਂ ਗਾ। ਇਸ ਕਰਕੇ ਸਾਡੀ ਕੋਸ਼ਿਸ਼ ਹੈ ਵੀ ਅਸੀਂ ਇਹਨਾਂ ਇਹ ਬਾਹਰ ਨਾ ਜਾਣ, ਅਸੀਂ ਇਹਨਾਂ ਦੇ ਘਰ ਹੀ ਖਾਣਾ ਪ੍ਰੋਵਾਈਡ ਕਰਵਾਈਏ। ਸਰ, ਕਿਸ ਤਰ੍ਹਾਂ ਦਾ ਲੱਗਦਾ ਜਿਸ ਤਰ੍ਹਾਂ ਤੁਸੀਂ ਆ ਕੇ ਘਰ ਘਰ ਰਾਸ਼ਨ ਦੇ ਰਹੇ ਹੋ ਜਾਂ ਫਲ ਦੇ ਰਹੇ ਹੋ? ਇੱਕ ਇਹ ਨਾ ਇੱਕ ਆਪਣੇ ਨਾ ਆਪਣੇ ਆਪਣੇ ਆਪ ਨੂੰ ਇੱਕ ਨਾ ਸ਼ਾਂਤੀ ਮਿਲਦੀ ਹੈ, ਆਪਣੇ ਆਪ ਨੂੰ ਨਾ ਇੱਕ ਚੰਗਾਪਣ ਮਹਿਸੂਸ ਹੁੰਦਾ ਹੈਗਾ ਕਿ ਕਿਸੇ ਨੇ ਸਾਨੂੰ ਫੋਨ ਕੀਤਾ, ਅਸੀਂ ਉਹਦੀ ਹੈਲਪ ਲਈ ਆਏ ਹਾਂ। ਡਿਊਟੀ 'ਤੇ ਅਸੀਂ 24 ਘੰਟੇ ਕਰਦੇ ਹਾਂ ਜੀ। ਸਾਡੇ ਅਫਸਰ ਸਾਹਿਬਾਨ ਦੀ ਵੀ ਗਾਈਡਲਾਈਨ ਹੈ ਵੀ ਜੇ ਤੁਸੀਂ ਇਸ ਕੰਮ ਲਈ ਅਸੀਂ ਸਾਡੀ ਫੋਰਸ ਅੱਗੇ ਵੱਧ ਕੇ ਕੰਮ ਕਰਦੀ, ਸਾਡੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜੀ। ਅਤੇ ਸਾਡੀ ਮੁਹਿੰਮ ਜਾਰੀ ਹੈ ਵੀ ਜਿਹੜੇ ਵੀ ਸਾਨੂੰ ਫੋਨ ਕਰੇਗਾ ਸਾਡੀ ਕੋਸ਼ਿਸ਼ ਹੋਏਗੀ ਵੀ ਅਸੀਂ ਉਹਦੇ ਘਰ ਤੱਕ ਪਹੁੰਚੀਏ। ਕਿੰਨੇ ਕੁ ਮਰੀਜ਼ਾਂ ਦੇ ਘਰ ਦੇ ਕੇ ਆਏ ਜੀ? ਅੱਜ ਸਾਨੂੰ 5 ਕੁ ਬੰਦਿਆਂ ਦੀ ਕਾਲ ਆਈ ਸੀ ਜੀ, ਸਾਨੂੰ ਸਿੱਧਾ ਆਈ ਸੀ ਡਾਇਰੈਕਟ, ਅਤੇ ਉਹਨਾਂ ਦੇ ਘਰ ਮੇਰੀ ਟੀਮ ਸਾਡੇ ਥਾਣੇ ਦੇ ਮੁਲਾਜ਼ਮ ਵੱਖ ਵੱਖ ਘਰੇ ਜਾ ਕੇ ਜੇ ਜੋ ਜਿੱਦਾਂ ਦੀ ਵੀ ਸਾਡੇ ਕੋਲ ਸੰਭਵ ਮਦਦ ਹੋ ਸਕਦੀ ਹੈ ਜੀ, ਅਸੀਂ ਉਹ ਕਰਕੇ ਆਏ ਜੀ। ਭਵਾਨੀਗੜ੍ਹ ਤੋਂ ਲਵਲੀ ਕੌਸ਼ਲ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94-647, 84374-94-648। ਪੰਡਿਤ ਰਾਧੇ ਸ਼ਰਮਾ, ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ, 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ, ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ, ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 788-045-80-588-688-617। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।